ਜਿਹੜਾ ਕਹਿ ਰਹੇ ਹਰਿਆਣੇ ਚ ਵੜਨ ਨਹੀਂ ਦਿਆਂਗੇ ਆਹ ਵੇਖ ਲਓ ਟਰਾਲੀਆਂ ਕਿੱਥੇ ਤੱਕ ਚਾੜਤੀਆਂ ਨੇ ਤੇ ਜੇ ਆਹ ਬੈਰੀਅਰ ਤੋੜ ਕੇ ਜਾ ਸਕਦੇ ਤਾਂ ਸਾਡੇ ਅੱਗੇ ਬੈਰੀਅਰ ਕੁਛ ਨਹੀਂ ਇਹ ਤਾਂ ਕੀ ਆ ਲੋਹੇ ਦਾ ਬੈਰੀਅਰ ਆ ਅਸੀਂ ਤਾਂ ਕੰਧ ਦੀਆਂ ਜਿਹੜੀਆਂ ਚੀਨ ਦੀਆਂ ਕੰਧਾਂ ਉਹ ਪਾੜ ਕੇ ਲੰਘ ਜਾਵਾਂਗੇ ਜੇ ਸਾਡੇ ਹੱਕਾਂ ਦੀ ਗੱਲ ਆ ਸਾਡੀ ਹੋਂਦ ਦੀ ਗੱਲ ਆ ਖਾ ਲਾਲ ਨੇ ਬਾਈ ਜੇ ਆਸੂ ਦੇ ਗੈਸ ਦੇ ਗੋਲੇ ਲਗਾਤਾਰ ਸੱਟੇ ਜਾਂਦੇ ਨੇ ਜੇ ਕੋਈ ਹੋਰ ਵੀ ਇਹਨਾਂ ਪ੍ਰਸ਼ਾਸਨ ਵੱਲੋਂ ਸਖਤੀ ਵਰਤੀ ਜਾਂਦੀ ਆ ਪਿੱਛੇ ਤਾਂ ਨਹੀਂ ਹਟਦੇ ਜੇ ਅਸਲ ਦੇ ਹੈਗਾ ਤਾਂ ਆਉਣ ਸਿੰਘਾ ਰਹੇ ਆ ਦਿੱਲੀ ਕਿਸਾਨ ਦਿੱਲੀ ਆ ਰਿਹਾ ਕਰਨ ਦੋ ਹੱਥ ਹਾਂਜੀ ਦੋਸਤੋ ਸ਼ੰਭੂ ਬੈਰੀਅਰ ਉੱਤੇ ਖੜੇ ਹਾਂ ਜੀ ਜਿਹੜੀ ਜਗ੍ਹਾ ਤੇ ਅਸੀਂ ਖੜੇ ਇੱਥੇ ਇੱਕ ਬੈਰੀਅਰ ਲੱਗਿਆ ਹੋਇਆ ਸੀਗਾ ਮੇਰੇ ਨਾਲ ਬਾਈ ਨੇ ਇੱਥੇ ਬਾਈ ਕੀ ਕੀ ਚੀਜ਼ ਹੋਈ ਹੈ ਇੱਥੇ ਜੀ ਆਹ ਦੇਖੋ ਤੁਸੀਂ ਆਹ ਪਏ ਆ ਪੱਥਰ ਇਹਨਾਂ ਨੇ ਸਭ ਤੋਂ ਪਹਿਲਾਂ ਹਰਿਆਣਾ ਪ੍ਰਸ਼ਾਸਨ ਨੇ ਬੰਦ ਕੀਤੇ ਸੀ ਇੱਥੇ ਬੈਰੀਕੇਡ ਲੱਗਿਆ ਸੀ ਆ ਤੁਸੀਂ ਇੱਧਰ ਝਾਤੀ ਮਾਰੋਗੇ ਤੇ ਸਾਰੇ ਇਸ ਉਹ ਜਿਹੜੇ ਆਪਣੇ ਹੱਕਾਂ ਵਾਸਤੇ ਗੱਲ ਕਰਨ ਆਏ ਆ ਉਹਨਾਂ ਨੇ ਜੋਸ਼ ਨਾਲ ਜਿਹੜੇ ਕਹਿ ਰਹੇ ਹਰਿਆਣੇ 'ਚ ਵੜਨ ਨਹੀਂ ਦਿਆਂਗੇ ਆ ਵੇਖ ਲਓ ਟਰਾਲੀਆਂ ਕਿੱਥੇ ਤੱਕ ਚਾੜਤੀਆਂ ਨੇ ਤੇ ਜੇ ਆਹ ਬੈਰੀਅਰ ਤੋੜ ਕੇ ਜਾ ਸਕਦੇ ਤਾਂ ਸਾਡੇ ਅੱਗੇ ਬੈਰੀਅਰ ਕੁਛ ਨਹੀਂ ਇਹ ਤਾਂ ਕੀ ਆ ਲੋਹੇ ਦਾ ਬੈਰੀਅਰ ਆ ਅਸੀਂ ਤਾਂ ਕੰਧ ਦੀਆਂ ਜਿਹੜੀਆਂ ਚੀਨ ਦੀਆਂ ਕੰਧਾਂ ਉਹ ਪਾੜ ਕੇ ਲੰਘ ਜਾਵਾਂਗੇ ਜੇ ਸਾਡੇ ਹੱਕਾਂ ਦੀ ਗੱਲ ਆ ਸਾਡੀ ਹੋਂਦ ਦੀ ਗੱਲ ਆ ਇਹ ਸਾਡੀ ਜ਼ਮੀਨਾਂ ਦੇ ਉੱਤੇ ਲੀਗਲ ਕਬਜ਼ੇ ਕੀਤੇ ਜਾ ਰਹੇ ਨੇ ਸਾਨੂੰ ਇਹ ਬਰਦਾਸ਼ਤ ਨਹੀਂ ਹੈਗਾ ਅੱਖਾਂ ਲਾਲ ਨੇ ਬਾਈ ਜੇ ਆਸੂ ਦੇ ਗੈਸ ਦੇ ਗੋਲੇ ਲਗਾਤਾਰ ਸੱਟੇ ਜਾਂਦੇ ਨੇ ਜੇ ਕੋਈ ਹੋਰ ਵੀ ਇਹਨਾਂ ਪ੍ਰਸ਼ਾਸਨ ਵੱਲੋਂ ਸਖਤੀ ਵਰਤੀ ਜਾਂਦੀ ਆ ਪਿੱਛੇ ਤਾਂ ਨਹੀਂ ਹਟਦੇ ਇਸ ਤੋਂ ਵੱਧ ਹੋਰ ਕਿੰਨੀ ਕੁ ਸਖਤੀ ਹੋਊਗੀ ਤੁਸੀਂ ਅੱਗੇ ਦੇਖੋ ਹੁਣ ਤੱਕ ਮੈਨੂੰ ਲੱਗਦਾ ਕਿ 15 ਤੋਂ 20 ਗੋਲੇ ਇਹਨਾਂ ਨੇ ਚਲਾ ਚੁੱਕੇ ਆ ਤੇ ਮੇਰਾ ਖੁਦ ਦਾ ਸਾਡੇ ਵੀਰਾਂ ਦਾ ਸਾਹ ਘੁੱਟਿਆ ਗਿਆ ਸੀਗਾ ਤੇ ਹੁਣ ਪ੍ਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ 'ਚ ਸਾਰੇ ਸਿੰਘ ਚੜ੍ਹਦੀ ਕਲਾ 'ਚ ਨੇ 20 ਟਰਾਲੀਆਂ ਲਿਆ ਕੇ ਲਾਤੀਆਂ ਨੇ ਅਣਗਿਣਤ ਇਹਨਾਂ ਨੇ ਗੋਲੇ ਚਲਾਏ ਨੇ ਸਾਨੂੰ ਇਹਨਾਂ ਗੱਲਾਂ ਦੀ ਹੈ ਨਹੀਂ ਇੱਕ ਦਿਨ ਤਾਂ ਸ਼ਿੱਦਤ ਝੱਲ ਲਾਂਗੇ ਕੋਈ ਗੱਲ ਨਹੀਂ ਸਾਰੀ ਉਮਰ ਦੀ ਗੁਲਾਮੀ ਨਹੀਂ ਆਪਣੇ ਗੱਲ ਪਾਣੀ ਯਾਰ ਨੇ ਇਹ ਗੋਲੇ ਇਸ ਕਰਕੇ ਸਿੱਟਣੇ ਵੀ ਕਿਤੇ ਇਹਨਾਂ ਦਾ ਹੌਸਲਾ ਦੱਬ ਜੇ ਦੱਬਦਾ ਨਜ਼ਰ ਤਾਂ ਨਹੀਂ ਆ ਰਿਹਾ ਤੁਸੀਂ ਆਪ ਝਾਤੀ ਮਾਰੋ ਕੈਮਰਾ ਘੁਮਾਓ ਇੱਕ ਵਾਰੀ ਖੱਟਰ ਸਰਕਾਰ ਮੁਰਦਾਬਾਦ 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 ਖੱਟਰ ਸਰਕਾਰ ਦਾ ਬੜਾ ਗਰਗ ਅੱਜ ਬੀਜੇਪੀ ਜਿਹੜਾ ਖੱਡਾਂ ਚੋਂ ਨਿਕਲਿਆ ਮੋਦੀ ਦੇ ਖੱਟਰ ਅੱਜ ਉਹਨਾਂ ਨੂੰ ਆਪਣੇ ਚਾਲੇ ਪਏ ਜਦੋਂ ਸਿੰਘਾਂ ਨੇ ਚਾਲੇ ਪਾਏ ਨਾ ਪੰਜਾਬ ਚੋਂ ਕਿਸਾਨਾਂ ਨੇ ਚਾਲੇ ਪਾਏ ਅੱਜ ਉਹਨਾਂ ਨੂੰ ਆਪਣੀ ਹੋਂਦ ਨਜ਼ਰ ਆ ਰਹੀ ਹੈ ਜਿਹੜੇ ਅੱਜ ਪੰਜਾਬ ਦੀ ਕਿਸਾਨੀ ਨੂੰ ਪੰਜਾਬ ਦੀ ਹੋਂਦ ਨੂੰ ਖਤਮ ਕਰਨ ਦੀਆਂ ਗੱਲਾਂ ਕਰਦੇ ਸੀ ਅੱਜ ਪੁਲਿਸ ਦਾ ਸਾਡੇ ਹੀ ਭਰਾਵਾਂ ਦਾ ਸਾਡੇ ਹੀ ਫੌਜੀ ਵੀਰਾਂ ਦਾ ਸਹਾਰਾ ਲੈ ਗਏ ਅੱਜ ਤਾਂ ਹੀ ਬਚ ਰਹੇ ਹਾਂ ਜੇ ਅਸਲ ਦੇ ਹੈਗੇ ਤਾਂ ਆਉਣ ਸਿੰਘਾਂ ਰਹੇ ਹਾਂ ਦਿੱਲੀ ਕਿਸਾਨ ਦਿੱਲੀ ਆ ਰਹੇ ਹਾਂ ਕਰਨ ਦੋ ਹੱਥ ਅੱਜ ਕਿਸਾਨ ਤਿਆਰ ਹੈ ਦਿੱਲੀ ਜਾ ਕੇ ਟੱਕਰ ਲੈਣ ਨੂੰ ਜੇ ਐਡਾ ਦਮ ਰੱਖਦਾ ਅਮਾਨੀ ਅਡਾਨੀ ਮੋਦੀ ਐਡਾ ਦਮ ਰੱਖਦਾ ਤਾਂ ਆਵੇ ਦਿੱਲੀ ਕਰਨ ਸਿੱਖਾਂ ਨਾਲ ਬੈਠ ਕੇ ਕਿਸਾਨਾਂ ਦੇ ਨਾਲ ਬਹਿ ਕੇ ਗੱਲਬਾਤ ਕਰਨ ਆ ਕੇ ਉਹਨਾਂ ਦੀਆਂ ਗੱਲਾਂ ਦਾ ਜਵਾਬ ਦੇਣ ਜੇ ਅੱਜ ਮੋਦੀ ਕਹਿੰਦਾ ਜਾਂ ਖੱਟਰ ਕਹਿੰਦਾ ਵੀ ਇਹ ਕਿਸਾਨ ਦੇ ਜਿਹੜੇ ਹੱਕ 'ਚ ਨੇ ਤਿੰਨੋਂ ਜਿਹੜੇ ਆਰਡੀਨੈਂਸ ਪਾਸ ਕੀਤੇ ਨੇ ਤਾਂ ਅੱਜ ਕਿਸਾਨਾਂ ਦੀ ਗੱਲ ਦਾ ਜਵਾਬ ਦੇਵੇ ਅੱਜ ਸਾਡੇ ਭਰਾਵਾਂ ਨੇ ਪੁਲਿਸ ਦਾ ਫੌਜ ਦਾ ਸਹਾਰਾ ਲੈ ਕੇ ਅੱਜ ਸਾਡੇ ਦਾ ਜਿਹੜਾ ਤਸੱਦ ਢਾ ਰਿਹਾ ਇਹਦੇ ਨਾਲ ਨਾ ਸਾਡੇ ਹੌਸਲੇ ਦਮਣਗੇ ਨਾ ਪੰਜਾਬ ਦਾ ਕਿਸਾਨ ਕਦੇ ਦਬੂਗਾ ਪੰਜਾਬ ਹਮੇਸ਼ਾ ਹੀ ਦਿੱਲੀ ਦੇ ਉੱਪਰ ਰਾਜ ਕਰਦਾ ਰਿਹਾ ਅਤੇ ਹਮੇਸ਼ਾ ਹੀ ਪੰਜਾਬ ਦਿੱਲੀ ਦੇ ਉੱਪਰ ਰਾਜ ਕਰੇਗਾ ਦਿੱਲੀ ਕਦੇ ਸਾਡੇ ਬਜ਼ੁਰਗਾਂ ਨੇ ਕਈ ਵਾਰ ਜਿੱਤ ਕੇ ਛੱਡੀ ਹੋਈ ਹੈ ਦਿੱਲੀ ਸਾਡੀ ਰਖੇਲ ਹੈ ਰਖੇਲ ਦਿੱਲੀ ਸਾਡੀ ਰਖੇਲ ਹੈ ਦਿੱਲੀ ਨੂੰ ਅਸੀਂ ਜਦ ਚਾਹੀਏ ਅਸੀਂ ਜਦ ਕਬਜ਼ਾ ਕਰ ਸਕਦੇ ਹਾਂ ਦਿੱਲੀ ਅਸੀਂ ਜਿੱਤ ਕੇ ਛੱਡੀ ਹੋਈ ਹੈ ਸਾਡੇ ਬਜ਼ੁਰਗਾਂ ਨੇ ਅੱਜ ਸਰਕਾਰ ਮੋਦੀ ਸਰਕਾਰ ਦਾ ਫਿਰ ਵੀ ਜਿਵੇਂ ਹੁਣ ਆਸੂ ਗੈਸ ਦੇ ਕੋਲੇ ਸਰਕਾਰ ਵੱਲੋਂ ਸਿੱਟੇ ਜਾ ਰਹੇ ਨੇ ਕਿਉਂਕਿ ਮੋਦੀ ਸਰਕਾਰ ਫਿਰ ਵੀ ਤਸ ਤੋਂ ਮਸ ਨਹੀਂ ਹੋ ਰਹੀ ਕਿਸਾਨਾਂ ਦਾ ਕਿਤੇ ਨਾ ਕਿਤੇ ਮਜ਼ਾਕ ਉਡਾਉਣ ਦੀ ਕੋਸ਼ਿਸ਼ ਕਰ ਰਹੀ ਹੈ ਬਾਈ ਜੀ ਕਿਸਾਨਾਂ ਦਾ ਤਾਂ ਮਜ਼ਾਕ ਕਦੇ ਅਬਦਾਲੀ ਹੁਣਾਂ ਨੇ ਤਾਂ ਨਹੀਂ ਉੱਡਿਆ ਇਹ ਤਾਂ ਜਿਹੜਿਆਂ ਨੇ ਬਾਬਰ ਨੂੰ ਅਬਦਾਲੀ ਨੂੰ ਭਜਾਉਣ ਵਾਲੀ ਕੌਮ ਆ ਅੱਜ ਇਹ ਮੋਦੀ ਅਮਾਨੀ ਅਡਾਨੀ ਚੀਜ਼ ਕੀ ਨਾ ਜੇ ਇੱਡੇ ਦਮ ਰੱਖਦੇ ਨੇ ਅਹਿਮਦ ਸ਼ਾਹ ਅਬਦਾਲੀ ਉਹਨਾਂ ਨੇ ਆ ਕੇ ਟੱਕਰ ਲਈ ਸੀ ਪੰਜਾਬ 'ਚ ਖੱਖਰ ਕਰਕੇ ਖਾਲੀ ਕਰਕੇ ਭੇਜਿਆ ਇਹੀ ਕੰਮ ਮੋਦੀ ਦਾ ਕਰਾਂਗੇ ਜੇ ਮੋਦੀ ਦਾ ਕੋਈ ਵੀ ਚਮਚਾ ਅੱਜ ਜ਼ੁਰਤ ਰੱਖਦਾ ਕਿਉਂ ਪੰਜਾਬ 'ਚ ਆਨਲਾਈਨ ਅੱਜ ਜਿਹੜੀਆਂ ਕਹਿੰਦੇ ਵੀ ਅਸੀਂ ਆਨਲਾਈਨ ਕਾਨਫਰੰਸਾਂ ਕਰਾਂਗੇ ਕਿਉਂ ਆਨਲਾਈਨ ਮੀਟਿੰਗਾਂ ਕਰਦੇ ਆ ਜੇ ਦਮ ਰੱਖਦੇ ਹਾਂ ਤਾਂ ਪੰਜਾਬ 'ਚ ਆ ਕੇ ਪੈਰ ਧਰ ਕੇ ਦਿਖਾਉਣ ਜੇ ਪੱਟ ਤਾਂ ਲੱਤ ਨਾ ਵੱਢ ਕੇ ਭੇਜੀ ਫਿਟੇ ਮੂੰਹ ਕਹਿ ਦਿਓ ਕਿਸਾਨਾਂ ਨੂੰ ਤਾਂ ਦੋਸਤੋ ਤੁਹਾਨੂੰ ਹੋਰ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਆਪਾਂ ਅੱਗੇ ਚੱਲਦੇ ਹਾਂ ਜਿਹੜੇ ਕਿਸਾਨ ਵੀਰ ਨੇ ਉਹਨਾਂ ਦਾ ਹੌਸਲਾ ਵੱਧਦਾ ਹੀ ਨਜ਼ਰ ਆ ਰਿਹਾ ਕਿਉਂਕਿ ਆਸੂ ਗੈਸ ਦੇ ਜਿਹੜੇ ਗੋਲੇ ਸੀਗੇ ਲਗਾਤਾਰ ਸਿੱਟੇ ਜਾ ਰਹੇ ਸੀ ਪਰ ਉਸ ਤੋਂ ਬਾਵਜੂਦ ਜਿਹੜੇ ਕਿਸਾਨ ਨੇ ਉਹ ਟਸ ਤੋਂ ਮਸ ਨਹੀਂ ਹੋਏ ਕਿਸਾਨ ਵੀ ਆਪਣੀਆਂ ਗੱਲ 'ਤੇ ਅੜੇ ਹੋਏ ਨੇ ਕਿ ਅਸੀਂ ਦਿੱਲੀ ਪਹੁੰਚ ਕੇ ਰਹਾਂਗੇ ਜੇ ਖੱਟੜ ਸਰਕਾਰ ਬੀਜੇਪੀ ਸਰਕਾਰ ਜਿਹੜੀ ਹੈ ਉਹ ਕਿਸਾਨਾਂ ਦਾ ਸਾਥ ਨਹੀਂ ਦੇਣਾ ਚਾਹੁੰਦੀ ਤਾਂ ਨਾ ਦੇਵੇ ਉਹਨਾਂ ਦਾ ਫੈਸਲਾ ਹੈ ਪਰ ਜਿਹੜਾ ਕਿਸਾਨ ਹੈ ਉਹ ਦਿੱਲੀ ਜਾ ਕੇ ਰਹੂਗਾ ਦਿੱਲੀ ਦੀ ਹਿੱਕ 'ਤੇ ਨੱਚ ਕੇ ਰਹੂਗਾ